ਪੰਜਾਬ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਬੀਜੇਪੀ ਅਤੇ ਜੇਜੇਪੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਖਾਸ ਕਰ ਪਿੰਡਾਂ ਦੇ ਅੰਦਰ ਬੀਜੇਪੀ ਅਤੇ ਉਸ ਦੀ ਭਾਈਵਾਲ ਜਨ ਨਾਇਕ ਜਨਤਾ ਪਾਰਟੀ ਦੀ ਐਂਟਰੀ ਬੈਨ ਹੋ ਰਹੀ ਹੈ। ਅਹਿਮ ਗੱਲ ਹੈ ਕਿ ਸੱਤਾ ਧਿਰਾਂ ਦੇ ਬਾਈਕਾਟ ਖੱਪ ਪੰਚਾਇਤਾਂ ਵੱਲੋਂ ਕੀਤੇ ਜਾ ਰਹੇ ਨੇ। ਹਰਿਆਣਾ ਦੇ ਪਿੰਡਾਂ ਦੇ ਅੰਦਰ ਕਿਸਾਨ ਜਥੇਬੰਦੀਆਂ ਨਾਲੋਂ ਖੱਪ ਪੰਚਾਇਤਾਂ ਦੀ ਵਧੇਰੇ ਪਕੜ ਹੈ, ਇਸ ਲਈ ਉਹਨਾਂ ਦੇ ਇੱਕ ਐਲਾਨ ਦੇ ਨਾਲ ਹੀ ਪਿੰਡ ਦੇ ਸਾਰੇ ਲੋਕ ਇਕਜੁੱਟ ਹੋ ਜਾਂਦੇ ਨੇ। ਬੇਸ਼ੱਕ ਕਿਸਾਨ ਅੰਦੋਲਨ ਦੇ ਹੱਕ ਵਿੱਚ ਪਹਿਲਾਂ ਹੀ ਖੱਪ ਪੰਚਾਇਤਾਂ ਉਤਰੀਆਂ ਸੀ, ਪਰ 26 ਜਨਵਰੀ ਮਗਰੋਂ ਖੱਪ ਪੰਚਾਇਤਾਂ ਹੁਣ ਵਕਾਰ ਦੀ ਲੜਾਈ ਵਜੋਂ ਸਾਹਮਣੇ ਆਈਆਂ ਨੇ। ਇਸ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਵਿੱਚ ਹਰਿਆਣਾ ਦੀਆਂ ਵੱਡੀ ਗਿਣਤੀ ਦੇ ਵਿੱਚ ਖੱਪ ਪੰਚਾਇਤਾਂ ਇੱਕ ਹੋ ਗਈਆਂ ਨੇ। ਉਹਨਾਂ ਹਰਿਆਣਾ ਦੇ ਵਿੱਚ ਬੀਜੇਪੀ ਅਤੇ ਜੇਜੇਪੀ ਦੇ ਆਗੂਆਂ ਦਾ ਬਾਈਕਾਟ ਕਰਦਿਆਂ ਪਿੰਡਾਂ ਵਿੱਚ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਹੈ। ਹਾਸਲ ਜਾਣਕਾਰੀ ਦੇ ਮੁਤਾਬਕ ਹਰਿਆਣਾ ਵਿੱਚ ਪਹਿਲਾਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਬੀਜੇਪੀ ਅਤੇ ਜੇਜੇਪੀ ਦਾ ਬਾਈਕਾਟ ਕਰਕੇ ਪਿੰਡਾਂ ਵਿੱਚ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਸੂਬੇ ਦੀਆਂ ਵੱਖ ਵੱਖ ਖੱਪ ਪੰਚਾਇਤਾਂ ਨੇ ਸਾਂਝੇ ਤੌਰ 'ਤੇ ਮੀਟਿੰਗ ਕਰਕੇ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਫੈਸਲਾ ਲਿਆ ਹੈ। ਖੱਪ ਪੰਚਾਇਤਾਂ ਦੇ ਏਕੇ ਨੇ ਸੱਤਾਧਾਰੀ ਪਾਰਟੀਆਂ ਨੂੰ ਕੰਬਣੀ ਛੇੜ ਦਿੱਤੀ ਹੈ। ਸਿਆਸੀ ਲੀਡਰਾਂ ਨੂੰ ਲੋਕਾਂ ਦੇ ਵਿੱਚ ਜਾਣਾ ਮੁਸ਼ਕਲ ਹੋ ਗਿਆ। ਬਿਊਰੋ ਰਿਪੋਰਟ, ਆਵਾਜ਼ੀਕਮ ਟੀਵੀ। ਪੰਜਾਬ ਤੋਂ ਬਾਅਦ ਹਰਿਆਣਾ ਦੇ ਵਿੱਚ ਵੀ ਬੀਜੇਪੀ ਅਤੇ ਜੇਜੇਪੀ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ। ਖਾਸ ਕਰ ਪਿੰਡਾਂ ਦੇ ਅੰਦਰ ਬੀਜੇਪੀ ਅਤੇ ਉਸ ਦੀ ਭਾਈਵਾਲ ਜਨ ਨਾਇਕ ਜਨਤਾ ਪਾਰਟੀ ਦੀ ਐਂਟਰੀ ਬੈਨ ਹੋ ਰਹੀ ਹੈ। ਅਹਿਮ ਗੱਲ ਹੈ ਕਿ ਸੱਤਾ ਧਿਰਾਂ ਦੇ ਬਾਈਕਾਟ ਖੱਪ ਪੰਚਾਇਤਾਂ ਵੱਲੋਂ ਕੀਤੇ ਜਾ ਰਹੇ ਨੇ। ਹਰਿਆਣਾ ਦੇ ਪਿੰਡਾਂ ਦੇ ਅੰਦਰ ਕਿਸਾਨ ਜਥੇਬੰਦੀਆਂ ਨਾਲੋਂ ਖੱਪ ਪੰਚਾਇਤਾਂ ਦੀ ਵਧੇਰੇ ਪਕੜ ਹੈ, ਇਸ ਲਈ ਉਹਨਾਂ ਦੇ ਇੱਕ ਐਲਾਨ ਦੇ ਨਾਲ ਹੀ ਪਿੰਡ ਦੇ ਸਾਰੇ ਲੋਕ ਇਕਜੁੱਟ ਹੋ ਜਾਂਦੇ ਨੇ। ਬੇਸ਼ੱਕ ਕਿਸਾਨ ਅੰਦੋਲਨ ਦੇ ਹੱਕ ਵਿੱਚ ਪਹਿਲਾਂ ਹੀ ਖੱਪ ਪੰਚਾਇਤਾਂ ਉਤਰੀਆਂ ਸੀ, ਪਰ 26 ਜਨਵਰੀ ਮਗਰੋਂ ਖੱਪ ਪੰਚਾਇਤਾਂ ਹੁਣ ਵਕਾਰ ਦੀ ਲੜਾਈ ਵਜੋਂ ਸਾਹਮਣੇ ਆਈਆਂ ਨੇ। ਇਸ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਦੇ ਵਿੱਚ ਹਰਿਆਣਾ ਦੀਆਂ ਵੱਡੀ ਗਿਣਤੀ ਦੇ ਵਿੱਚ ਖੱਪ ਪੰਚਾਇਤਾਂ ਇੱਕ ਹੋ ਗਈਆਂ ਨੇ। ਉਹਨਾਂ ਹਰਿਆਣਾ ਦੇ ਵਿੱਚ ਬੀਜੇਪੀ ਅਤੇ ਜੇਜੇਪੀ ਦੇ ਆਗੂਆਂ ਦਾ ਬਾਈਕਾਟ ਕਰਦਿਆਂ ਪਿੰਡਾਂ ਵਿੱਚ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਹੈ। ਹਾਸਲ ਜਾਣਕਾਰੀ ਦੇ ਮੁਤਾਬਕ ਹਰਿਆਣਾ ਵਿੱਚ ਪਹਿਲਾਂ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਬੀਜੇਪੀ ਅਤੇ ਜੇਜੇਪੀ ਦਾ ਬਾਈਕਾਟ ਕਰਕੇ ਪਿੰਡਾਂ ਵਿੱਚ ਦਾਖਲੇ 'ਤੇ ਪਾਬੰਦੀ ਲਾ ਦਿੱਤੀ ਸੀ। ਹੁਣ ਸੂਬੇ ਦੀਆਂ ਵੱਖ ਵੱਖ ਖੱਪ ਪੰਚਾਇਤਾਂ ਨੇ ਸਾਂਝੇ ਤੌਰ 'ਤੇ ਮੀਟਿੰਗ ਕਰਕੇ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਫੈਸਲਾ ਲਿਆ ਹੈ। ਖੱਪ ਪੰਚਾਇਤਾਂ ਦੇ ਏਕੇ ਨੇ ਸੱਤਾਧਾਰੀ ਪਾਰਟੀਆਂ ਨੂੰ ਕੰਬਣੀ ਛੇੜ ਦਿੱਤੀ ਹੈ। ਸਿਆਸੀ ਲੀਡਰਾਂ ਨੂੰ ਲੋਕਾਂ ਦੇ ਵਿੱਚ ਜਾਣਾ ਮੁਸ਼ਕਲ ਹੋ ਗਿਆ। ਬਿਊਰੋ ਰਿਪੋਰਟ, ਆਵਾਜ਼ੀਕਮ ਟੀਵੀ।